ਅੱਜ ਦੀ ਡੇਟ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਲਈ ਪੜ੍ਹਾਈ ਦੇ ਨਾਲ ਨਾਲ ਪਰਮਨੈਂਟ ਰੈਜ਼ੀਡੈਂਸੀ ਦਾ ਉਹਨਾਂ ਨੂੰ ਕੋਈ ਰਸਤਾ ਮਿਲੂਗਾ ਜਾਂ ਨਹੀਂ ਮਿਲੂਗਾ, ਇਹ ਵੀ ਇੱਕ ਇੰਪੋਰਟੈਂਟ ਟੌਪਿਕ ਹੋ ਗਿਆ ਡਿਸਕਸ਼ਨ ਦਾ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਜਾਂਦੇ ਨੇ, ਚਾਹੇ ਉਹ ਆਸਟ੍ਰੇਲੀਆ ਜਾਣ, USA ਜਾਣ ਜਾਂ ਕੈਨੇਡਾ ਜਾਣ। ਦੂਜੇ ਪਾਸੇ ਇਹੋ ਜਿਹੇ ਸਟੂਡੈਂਟਸ ਵੀ ਹੈਗੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ, ਉਹ UK ਵੀ ਜਾਂਦੇ ਨੇ, ਉਹ ਕੈਨੇਡਾ ਵੀ ਜਾਂਦੇ ਨੇ, ਉਹ US ਵੀ ਜਾਂਦੇ ਨੇ। ਓਬਜੈਕਟਿਵ ਇੱਕੋ ਹੀ ਆ ਕਿ ਅਸੀਂ ਉੱਥੇ ਪਹੁੰਚ ਕਰਨੀ ਆ, ਬਾਅਦ ਦੀ ਬਾਅਦ ਦੇਖੀ ਜਾਊਗਾ। ਹੁਣ ਅੱਜ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲਬਾਤ ਕੈਨੇਡਾ ਦੀ PR ਨੂੰ ਲੈ ਕੇ ਕਰੂੰਗਾ ਕਿ ਅਗਰ ਤੁਹਾਡੇ ਕੋਲ ਮਾਸਟਰ ਡਿਗਰੀ ਵੀ ਹੈਗੀ ਇੰਡੀਆ ਤੋਂ ਸਪੋਜ਼, ਜਾਂ ਕੈਨੇਡਾ ਜਾ ਕੇ ਤੁਸੀਂ ਮਾਸਟਰ ਡਿਗਰੀ ਵੀ ਕਰ ਲਈ, ਤਾਂ ਵੀ ਬਹੁਤ ਸਾਰੇ ਅਜਿਹੇ ਸਟੂਡੈਂਟਸ ਨੇ ਜਿਨ੍ਹਾਂ ਨੂੰ PR ਦੀਆਂ ਆਪਸ਼ਨਸ ਬਿਲਕੁਲ ਨਹੀਂ ਮਿਲਦੀਆਂ ਹੈਗੀਆਂ। ਪਲੱਸ ਟੂ ਵਾਲੇ ਜਾਂ ਅੰਡਰ ਗ੍ਰੈਜੂਏਟ ਜਿਹੜੇ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ, ਉਹਨਾਂ 'ਤੇ ਗੱਲ ਹੀ ਛੱਡ ਦਿਉ। ਮੈਂ ਛੋਟੀ ਜਿਹੀ ਗੱਲਬਾਤ ਅੱਜ ਇਸ ਟੌਪਿਕ 'ਤੇ ਕਰੂੰਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਾਡੇ ਇੱਥੇ ਇਸ ਪਰਟੀਕੁਲਰ ਟੌਪਿਕ ਨੂੰ ਲੈ ਕੇ ਸਮਝ ਬਿਲਕੁਲ ਨਹੀਂ ਹੈਗੀ। ਸਵਾਗਤ ਤੁਹਾਡਾ ਸਾਰਿਆਂ ਦਾ ਸਾਡੇ ਐਮਕੇ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਇੱਕ ਲਾਈਸੈਂਸ ਅਤੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਛੋਟੀ ਜਿਹੀ ਰਿਕੁਐਸਟ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਅਗਰ ਸਾਡੇ YouTube ਚੈਨਲ ਤੁਸੀਂ ਪਹਿਲੀ ਵਾਰ ਆ ਰਹੇ ਹੋ ਜਾਂ ਹੁਣ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰੋ। ਅਸੀਂ ਬਹੁਤ ਤਰ੍ਹਾਂ ਦੇ ਇਨਫੋਰਮੇਟਿਵ ਵੀਡੀਓਜ਼ ਰੈਗੂਲਰ ਬੇਸਿਸ 'ਤੇ ਇਸੇ ਪਲੈਟਫਾਰਮ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਅੱਜ ਗੱਲ ਕਰਨੀ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਜਿੱਥੇ PR ਦੀਆਂ ਕੀ ਆਪਸ਼ਨਸ ਹੋ ਸਕਦੀਆਂ ਨੇ, ਔਰ ਕੀ ਅਸੀਂ ਇੱਕ ਪਰਟੀਕੁਲਰ ਕੋਰਸ ਲੈ ਕੇ ਜਾਂਦੇ ਹਾਂ, ਪ੍ਰੋਗਰਾਮ ਲੈ ਕੇ ਜਾਂਦੇ ਹਾਂ, ਜਾਂ ਅਸੀਂ ਉੱਚੀ ਪੜ੍ਹਾਈ ਲੈ ਕੇ ਜਾਂਦੇ ਹਾਂ, ਉਹਦੇ ਨਾਲ PR ਹੋਣ ਦੇ ਸਾਡੇ ਕੋਲ ਮੌਕੇ ਹੈਗੇ ਨੇ, ਚਾਂਸਿਸ ਹੈਗੇ ਨੇ, ਕਿ ਇਹ ਕਹਾਣੀ ਕੁਝ ਬਿਲਕੁਲ ਡਿਫਰੈਂਟ ਹੈਗੀ ਆ। ਅੱਜ ਮੈਂ ਗੱਲ ਕਰੂੰਗਾ ਇਹਦਾ ਡਿਫਰੈਂਸ ਕੀ ਹੈਗਾ ਵਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਕੋਰਸ ਨੂੰ ਲੈ ਕੇ। ਬਹੁਤ ਸਾਰੇ ਕੰਸਲਟੈਂਟ ਜ਼ਿਆਦਾ ਹੁਣੇ PR ਦਾ ਸ਼ੋਰ ਸ਼ਰਾਬਾ ਕੈਨੇਡਾ ਦੇ ਵਿੱਚ ਜ਼ਿਆਦਾ ਹੋਇਆ ਵਾ, ਸਾਨੂੰ ਪਤਾ ਕਿ PR ਲੈਣੀ ਹੁਣ ਚੈਲੇਂਜਿੰਗ ਹੋ ਗਈ ਆ, ਅਤੇ ਕੰਸਲਟੈਂਟਸ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਆਹ ਕੋਰਸ ਲੈ ਕੇ ਜਾਓ, ਜਾਂ ਉਹ ਵੀਡੀਓ ਬਣਾਉਂਦੇ ਨੇ ਕਿ ਆਹ ਫਲਾਣੇ ਕੋਰਸ ਨੇ ਸਾਡੇ ਕੋਲ ਜਿਨ੍ਹਾਂ 'ਤੇ ਪੱਕਾ ਤੁਹਾਨੂੰ PR ਮਿਲਣੀ ਮਿਲਣੀ ਆ। PR ਤੋਂ ਪਹਿਲਾਂ ਇੱਕ ਹੋਰ ਵੀ ਸ਼ੋਰ ਸ਼ਰਾਬਾ ਹੋ ਗਿਆ, ਉਹ ਹੋ ਗਿਆ ਵਾ ਕਿ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਹੁਣ ਇਹ ਦੋ ਅਲੱਗ ਅਲੱਗ ਕਹਾਣੀਆਂ ਨੇ। ਫਿਲਹਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ, ਜਿੱਦਾਂ ਚੱਲ ਰਿਹਾ ਸੀ ਉੱਦਾਂ ਹੀ ਚੱਲ ਰਿਹਾ ਵਾ। 1 ਸਾਲ ਦੀ ਪੜ੍ਹਾਈ ਤੋਂ ਬਾਅਦ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਰ ਸਟੂਡੈਂਟ ਨੂੰ, ਇਰਿਸਪੈਕਟਿਵ ਆਫ ਕਿਹੜਾ ਕੋਰਸ ਜਾ ਰਹੇ ਹੋ ਤੁਸੀਂ। 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਪਰ ਹਾਂ ਇਹਦੇ ਵਿੱਚ ਤਬਦੀਲੀਆਂ ਬਹੁਤ ਜਲਦੀ ਆ ਜਾਣੀਆਂ ਨੇ। ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਉਹਨਾਂ ਨੇ ਕੈਨੇਡਾ ਇਮੀਗ੍ਰੇਸ਼ਨ ਨੇ ਜ਼ਰੂਰ ਤੁਹਾਡੇ ਜਿਹੜਾ ਕੋਰਸ ਕਿੱਦਾਂ ਦਾ ਤੁਸੀਂ ਲੈ ਕੇ ਜਾ ਰਹੇ ਹੋ ਕੈਨੇਡਾ ਦੇ ਵਿੱਚ, ਉਹਦੇ ਨਾਲ ਇਨ ਫਿਊਚਰ ਅਲਾਈਨ ਕਰ ਦੇਣਾ ਉਹਨਾਂ ਨੇ। ਸੋ ਹੁਣ ਵੀ ਅੱਜ ਵੀ ਤੁਸੀਂ ਅਗਰ ਕੈਨੇਡਾ ਜਾਂਦੇ ਹੋ, ਤੁਹਾਨੂੰ ਕੋਰਸ ਜ਼ਰੂਰ ਸੋਚ ਸਮਝ ਕੇ ਲੈ ਕੇ ਜਾਣਾ ਪਊਗਾ। ਇੱਦਾਂ ਦਾ ਪ੍ਰੋਗਰਾਮ ਜਿਹਦੀ ਡਿਮਾਂਡ ਹੋਵੇ ਉੱਥੇ, ਜਿੱਥੇ ਜਿਹਦੀ ਸਕਿੱਲ ਸ਼ੋਰਟੇਜ ਹੋਵੇ ਉੱਥੇ ਕੈਨੇਡਾ ਦੇ ਵਿੱਚ, ਅਤੇ ਤੁਹਾਨੂੰ ਜ਼ਰੂਰ ਉਹਦੇ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੰਬੀ ਡਿਊਰੇਸ਼ਨ ਦਾ ਇਨ ਫਿਊਚਰ ਲੈਣ ਦੇ ਵਿੱਚ ਮਦਦ ਮਿਲੂਗੀ। ਇਹ ਤਾਂ ਪਹਿਲਾ ਪਾਰਟ ਆ ਗਿਆ। ਹੁਣ ਦੂਸਰਾ ਹਿੱਸਾ ਆ ਗਿਆ PR ਦਾ। ਮੈਨੂੰ ਬਹੁਤ ਸਾਰੇ ਪੇਰੈਂਟਸ ਪੁੱਛਦੇ ਨੇ, ਬਹੁਤ ਸਾਰੇ ਸਾਨੂੰ ਕਮਿਊਨੀਕੇਸ਼ਨ ਆਉਂਦੀ ਆ, ਵੀਡੀਓਜ਼ ਵੀ ਆਉਂਦੀ ਆ, ਫੋਨ ਕਾਲਸ ਵੀ ਆਉਂਦੀਆਂ ਨੇ ਕਿ ਸਾਡਾ ਬੱਚਾ ਕੈਪੀਲਾਨੋ ਯੂਨੀਵਰਸਿਟੀ 'ਚ ਪੜ੍ਹ ਰਿਹਾ, ਸਾਡਾ ਬੱਚਾ KPU 'ਚ ਪੜ੍ਹ ਰਿਹਾ ਵਾ, ਲੰਗਾਰਾ ਕਾਲਜ 'ਚ ਪੜ੍ਹ ਰਿਹਾ ਵਾ, ਸ਼ੈਰੀਟਨ 'ਚ ਪੜ੍ਹ ਰਿਹਾ, ਆ ਫਲਾਨਾ ਡਿਪਲੋਮਾ ਕਰ ਰਿਹਾ ਵਾ, ਕੀ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ? ਫਿਲਹਾਲ ਤਾਂ ਵਰਕ ਪਰਮਿਟ ਮਿਲੂਗਾ, ਪਰ ਆਨਲਾਈਨ ਟਾਈਮ 'ਚ ਤਾਂ ਮੈਂ ਦੱਸਿਆ ਕਿ ਚੇਂਜਸ ਆ ਜਾਣਗੀਆਂ। ਲੰਬੀ ਡਿਊਰੇਸ਼ਨ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਤੁਹਾਨੂੰ ਪਰਟੀਕੁਲਰ ਉਦਾਂ ਦਾ ਪ੍ਰੋਗਰਾਮ 'ਚ ਜਾਣਾ ਪੈਣਾ ਜਿਹਦੀ ਸਕਿੱਲ ਸ਼ੋਰਟੇਜ ਹੋਵੇ ਕੈਨੇਡਾ ਦੇ ਵਿੱਚ ਉਸ ਪਰਟੀਕੁਲਰ ਪ੍ਰੋਵਿੰਸ ਦੇ ਵਿੱਚ। ਉਹ ਹਲੇ ਉਹਦੇ ਬਾਰੇ ਕਲੈਰਟੀ ਨਹੀਂ ਆਈ, ਉਹ ਜਿੱਦਾਂ ਹੀ ਕਲੈਰਟੀ ਆਊਗੀ ਆਪਾਂ ਉਹਦੇ 'ਤੇ ਵੀ ਡਿਸਕਸ਼ਨ ਕਰਾਂਗੇ। ਗੱਲ ਅੱਜ ਕਰਦੇ ਹਾਂ PR ਨੂੰ ਲੈ ਕੇ। ਹੁਣ ਇੱਕ ਪਰਟੀਕੁਲਰ ਪ੍ਰੋਗਰਾਮ ਲੈ ਕੇ ਅਸੀਂ ਕੈਨੇਡਾ ਚਲੇ ਗਏ,
ਡਿਪਲੋਮਾ ਲੈ ਕੇ ਚਲੇ ਗਏ ਕੀ ਉਸ ਡਿਪਲੋਮੇ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਤਾਂ ਮਿਲ ਗਿਆ ਪਰ PR ਲਈ ਕੀ ਕਰਨਾ ਪਊਗਾ ਹੁਣ PR ਦੇ 2 ਤਰੀਕੇ ਨੇ ਪਹਿਲਾਂ ਤਾਂ ਫੈਡਰਲ ਲੈਵਲ ਦਾ ਐਕਸਪ੍ਰੈਸ ਐਂਟਰੀ ਐਕਸਪ੍ਰੈਸ ਐਂਟਰੀ ਸਾਰਿਆਂ ਲਈ ਆ ਚਾਹੇ ਤੁਸੀਂ +2 ਕਰਨ ਤੋਂ ਬਾਅਦ ਇੰਡੀਆ ਤੋਂ ਜਾਂਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਹੋ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਹੋ ਔਰ ਕੈਨੇਡਾ 'ਚ ਕਿੱਦਾਂ ਦਾ ਵੀ ਪ੍ਰੋਗਰਾਮ ਕਰੋ ਐਕਸਪ੍ਰੈਸ ਐਂਟਰੀ ਇੱਕ ਰਸਤਾ ਵਾ ਦੂਸਰਾ ਰਸਤਾ ਹੈਗਾ ਵਾ PNP ਹੁਣ ਇਹ ਜਿੰਨੇ ਵੀ ਪ੍ਰੋਗਰਾਮ ਨੇ ਸਾਰਿਆਂ ਦੇ ਵਿੱਚ ਪੁਆਇੰਟ ਬੇਸਡ ਸਿਸਟਮ ਆ ਇਹ ਤੁਹਾਨੂੰ ਪੁਆਇੰਟਸ ਚਾਹੀਦੇ ਨੇ ਉਹ ਪੁਆਇੰਟਸ ਤੁਹਾਨੂੰ ਜਿਹੜੀ ਤੁਹਾਡੀ ਮਿਨੀਮਮ ਐਜੂਕੇਸ਼ਨ ਆ ਇੰਡੀਆ ਤੋਂ ਲਈ ਆ ਉਹਦੇ ਵੀ ਨੇ ਉਸ ਤੋਂ ਬਾਅਦ ਤੁਸੀਂ ਜਿਹੜੀ ਕੈਨੇਡਾ 'ਚ ਐਜੂਕੇਸ਼ਨ ਕੀਤੀ ਆ ਉਹਦੇ ਵੀ ਨੇ ਮੋਸਟ ਇੰਪੋਰਟੈਂਟਲੀ ਤੁਹਾਡਾ ਵਰਕ ਐਕਸਪੀਰੀਅੰਸ ਇਸ ਤੋਂ ਬਾਅਦ ਤੁਹਾਡੀ ਆ ਜਾਂਦੀ ਹੈ ਏਜ ਔਰ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਲੈਂਗੁਏਜ ਦਾ ਤੁਹਾਡਾ ਸਕਿੱਲਸ ਕੀ ਨੇ ਜੇ ਤੁਹਾਡੀ ਆਇਲਟਸ ਆ ਜਾਂਦੀ ਹੈ ਜਾਂ ਫਿਰ ਤੁਹਾਡਾ ਕੋਈ ਅਗਰ ਤੁਹਾਡੇ ਕੋਲ ਫਰੈਂਚ ਲੈਵਲ ਦੀਆਂ ਸਕਿੱਲਸ ਹੈਗੀਆਂ ਨੇ ਹੁਣ ਅੱਜ ਦੀ ਡੇਟ 'ਚ ਬੱਚਿਆਂ ਨੂੰ ਕੀ ਟ੍ਰਬਲ ਆ ਰਹੀ ਆ ਇਹੋ ਜਿਹੇ ਬੱਚੇ ਜਿਹਨਾਂ ਕੋਲ ਈਵਨ ਮਾਸਟਰਸ ਹੈਗੀ ਆ ਆਹ ਹੁਣ ਬੱਚਾ ਵਾ ਜਿੱਥੇ ਦੇਖੋ ਮਾਸਟਰ MTech ਹੈਗੀ ਆ ਇੰਡੀਆ ਤੋਂ ਆਹ ਜਿਹਦੇ ਕੋਲ PG ਡਿਪਲੋਮਾ ਹੈਗਾ ਵਾ ਕੈਨੇਡਾ ਤੋਂ ਇਦਾਂ ਦੇ ਬੱਚੇ ਵੀ ਕੁਆਲੀਫਾਈ ਨਹੀਂ ਕਰ ਪਾ ਰਹੇ PR ਲੈਣ ਲਈ ਰੀਜ਼ਨ ਕੀ ਆ ਇੱਥੋਂ ਆਪਾਂ ਸੋਚ ਕੇ ਸਮਝ ਕੇ ਨਹੀਂ ਗਏ ਆਪਾਂ ਸਿਰਫ ਇਹੀ ਸੋਚ ਕੇ ਗਏ ਹਾਂ ਕਿ ਮੈਂ ਕੈਨੇਡਾ ਪਹੁੰਚਣਾ ਮੇਰਾ ਸਿਸਟਮ ਕੁਛ ਨਾ ਕੁਛ ਹੋ ਜਾਊਗਾ ਜੁਗਾੜ ਹੋ ਜਾਊਗਾ ਮੈਂ ਪੱਕਾ ਹੋ ਹੀ ਜਾਣਾ ਕਿਉਂਕਿ ਏਜੰਟ ਨੇ ਮੈਨੂੰ ਇਹ ਸਮਝਾ ਦਿੱਤਾ ਸੀਗਾ ਕਿ ਭਾਈ ਕੋਈ ਮੁੜ ਕੇ ਨਹੀਂ ਆਇਆ ਫਲਾਨਾ ਮੇਰਾ ਗਵਾਂਢੀ ਗਿਆ ਪੱਕਾ ਹੋ ਗਿਆ ਫਲਾਨਾ ਮੇਰਾ ਕਜ਼ਨ ਗਿਆ ਪੱਕਾ ਹੋ ਗਿਆ ਮੈਂ ਵੀ ਹੋ ਜਾਣਾ ਪਹਿਲਾਂ ਹਾਲਾਤ ਹੋਰ ਸੀਗੇ ਟਾਈਮ ਹੋਰ ਸੀ ਅੱਜ ਹਾਲਾਤ ਬਦਲ ਗਏ ਨੇ ਅੱਜ ਟਾਈਮ ਬਦਲ ਗਿਆ ਵਾ ਤੁਹਾਨੂੰ ਇਹ ਗੱਲ ਸਮਝਣੀ ਪੈਣੀ ਆ ਕੋਈ ਵੀ ਕੋਰਸ ਤੁਹਾਨੂੰ PR ਨਹੀਂ ਦਵਾਉਂਦਾ ਪਹਿਲੀ ਗੱਲ ਤਾਂ ਇਹ ਸਮਝ ਜਾਓ ਜਿਹੜਾ ਤੁਹਾਨੂੰ ਇਹ ਕਹਿੰਦਾ ਵੀ ਆਹ ਕੋਰਸ ਲੈ ਕੇ ਜਾ ਤੁਹਾਨੂੰ PR ਮਿਲ ਜਾਊਗੀ ਹੁਣ ਲੋਕਾਂ ਨੇ ਇਹ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਕਿ ਤੂੰ ਡਿਪਲੋਮਾ ਲੈ ਕੇ ਨਾ ਜਾ ਤੂੰ ਐਸੋਸੀਏਟ ਡਿਗਰੀ ਲੈ ਕੇ ਚਲੇ ਜਾ ਐਸੋਸੀਏਟ ਡਿਗਰੀ ਬ੍ਰਿਟਿਸ਼ ਕੋਲੰਬੀਆ ਵਾਲੇ ਪਾਸੇ BC ਵਾਲੇ ਪਾਸੇ ਬਹੁਤ ਪਾਪੂਲਰ ਆ ਕੁਛ ਹੋਰ ਵੀ ਪ੍ਰੋਵਿੰਸ ਹੈਗੇ ਨੇ ਸਸਕੈਚੂਨ ਮੈਨੀਟੋਬਾ ਉੱਥੇ ਵੀ ਐਸੋਸੀਏਟ ਡਿਗਰੀ ਕਿਤੇ ਨਾ ਕਿਤੇ ਮਿਲ ਜਾਂਦੀ ਹੈ ਪਰ ਕੀ ਐਸੋਸੀਏਟ ਡਿਗਰੀ ਨਾਲ ਹੀ ਤੁਹਾਨੂੰ PR ਮਿਲ ਜਾਊਗੀ ਬਿਲਕੁਲ ਗਲਤ ਗੱਲ ਹੈਗੀ ਹੈ ਹੁਣ ਤੁਸੀਂ ਕੈਨੇਡਾ 'ਚ ਬੈਚਲਰ ਕਰ ਲੈਂਦੇ ਹੋ ਕੀ PR ਮਿਲ ਜਾਊਗੀ ਨਹੀਂ ਮਾਸਟਰਸ ਕਰ ਲੈਂਦੇ ਹੋ ਮੇਰੇ ਕੋਲ MBA ਵਾਲੇ ਸਟੂਡੈਂਟਸ ਨੇ ਜਿਨ੍ਹਾਂ ਨੇ MBA ਕੈਨੇਡਾ ਤੋਂ ਕੀਤੀ ਹੋਈ ਆ PR ਦੂਰ ਦੂਰ ਤੱਕ ਵੀ ਉਹ ਕੁਆਲੀਫਾਈ ਨਹੀਂ ਕਰਦੇ PR ਲੈਣ ਲਈ ਰੀਜ਼ਨ ਕੀ ਆ ਉਹਦੇ ਨਾਲ ਐਸੋਸੀਏਟਡ ਹੋਰ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੀਆਂ ਲੈਂਗੁਏਜ ਸਕਿੱਲਸ ਤੁਹਾਡਾ ਵਰਕ ਐਕਸਪੀਰੀਅੰਸ ਤੁਹਾਡੀ ਏਜ ਹੋਰ ਵੀ ਕੁਛ ਚੀਜ਼ਾਂ ਨੇ ਜਿਹੜੀਆਂ ਐਸੋਸੀਏਟਡ ਨੇ ਅਗਰ ਇਹਨਾਂ ਚੀਜ਼ਾਂ ਨੂੰ ਸਮਝ ਕੇ ਆਪਾਂ ਨਹੀਂ ਜਾਂਦੇ ਆਪਾਂ ਸਿੰਪਲੀ ਜਿਹੜੇ ਮਰਜ਼ੀ ਏਜੰਟ ਕੋਲ ਗਏ ਫਾਈਲ ਲਗਵਾਈ ਬੱਚਾ ਕੈਨੇਡਾ ਭੇਜਤਾ ਜਾਂ ਬੱਚੇ ਨੇ ਆਹ ਫਾਈਲ ਲਗਾਈ ਫਟਾਫਟ ਕੈਨੇਡਾ ਚਲਾ ਗਿਆ ਕਾਹਲੀ ਹੋਈ ਮੱਚੀ ਪਈ ਹੈ ਸਭ ਨੂੰ ਕਿ ਫਟਾਫਟ ਅਸੀਂ ਕੈਨੇਡਾ ਚਲ ਜਾਈਏ PR ਲੈਣ ਲਈ ਤੁਹਾਨੂੰ ਬਹੁਤ ਸਟਰਗਲ ਕਰਨੀ ਪੈਣੀ ਆ ਬਹੁਤ ਜ਼ਿਆਦਾ ਸਟਰਗਲ ਇੰਪੋਸੀਬਲ ਜਿਹਾ ਕੰਮ ਹੋ ਚੱਲਿਆ ਉੱਥੇ ਪਹਿਲਾਂ ਤੁਸੀਂ ਸ਼ਿਫਟ ਕਰ ਜਾਂਦੇ ਸੀ ਛੋਟੇ ਪ੍ਰੋਵਿੰਸਿਸ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਉਦੋਂ ਬਾਅਦ ਐਟਲਾਂਟਿਕ ਪ੍ਰੋਵਿੰਸਿਸ ਸੀਗੇ ਨਿਊ ਬ੍ਰੰਜ਼ਵਿਕ ਜਾਂ ਨੋਵਾ ਸਕੋਸ਼ੀਆ ਹੁਣ ਉੱਥੇ ਵੀ ਬਹੁਤ ਤਕਲੀਫ ਹੋ ਗਈ ਕਿਉਂਕਿ ਲੋਕ ਬਹੁਤ ਜਾਣ ਲੱਗ ਪਏ ਉੱਥੇ ਸਟੂਡੈਂਟਸ ਬਹੁਤ ਸ਼ਿਫਟ ਕਰਨ ਲੱਗ ਪਏ ਉੱਥੇ ਵੀ ਆਪਾਂ ਰੋਜ਼ ਸਟ੍ਰਾਈਕਸ ਦੇਖਦੇ ਹਾਂ ਹੁਣ ਕੈਨੇਡਾ 'ਚ ਸਟ੍ਰਾਈਕ ਕਰਕੇ ਜਾਂ ਕੈਨੇਡਾ 'ਚ ਕੋਈ ਹੋਰ ਸ਼ੋਰ ਸ਼ਰਾਬਾ ਕਰਕੇ ਆਪਾਂ ਨੂੰ PR ਨਹੀਂ ਮਿਲਣ ਵਾਲੀ ਹੈਗੀ PR ਲਈ ਤੁਹਾਨੂੰ ਪਹਿਲਾਂ ਹੀ ਪਲੈਨ ਆਊਟ ਕਰਨਾ ਪਊਗਾ ਗ੍ਰੇਡ 12 ਵਾਲਾ ਸਟੂਡੈਂਟ ਵੀ ਕੈਨੇਡਾ 'ਚ PR ਲੈ ਸਕਦਾ ਵਾ ਅਗਰ ਉਹ ਸੋਚ ਕੇ ਸਮਝ ਕੇ ਜਾਂਦਾ ਵਾ ਕਿਸੇ ਕੋਲ ਚੰਗੀ ਐਡਵਾਈਸ ਲੈ ਕੇ ਜਾਂਦਾ ਵਾ ਬੈਚਲਰ ਡਿਗਰੀ ਵਾਲਾ ਵੀ ਲੈ ਸਕਦਾ ਮਾਸਟਰਸ ਵਾਲਾ ਵੀ ਲੈ ਸਕਦਾ ਅਦਰਵਾਈਜ਼ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਮਾਸਟਰਸ ਵਾਲੇ ਸਟੂਡੈਂਟ ਨੇ ਜਿਨ੍ਹਾਂ ਨੇ ਕੈਨੇਡਾ 'ਚ ਮਾਸਟਰਸ ਕਰ ਲਈ CRS ਸਕੋਰ ਉਹਨਾਂ ਦਾ ਸਿਰਫ 350 ਬਣਦਾ ਵਾ ਆਇਲਸ ਦੇ ਬੈਂਡ ਵੀ ਉਹਨਾਂ ਠੀਕ ਠਾਕ ਲਏ ਨੇ ਕੋਈ ਬੁਰੇ ਬੈਂਡ ਨਹੀਂ ਲਏ ਹੈਗੇ ਬਟ ਹੋਰ ਕਈ ਫੈਕਟਰ ਨੇ ਜਿਨ੍ਹਾਂ ਨਾਲ ਉਹਨਾਂ ਦਾ ਸਕੋਰ ਨਹੀਂ ਬਣਦਾ ਹੁਣ ਅਗਰ LMIA ਵੀ ਲੈ ਲੈਣ LMIA ਦੇ ਸਿਰਫ 50 ਪੁਆਇੰਟ ਐਡ ਹੋਣੇ ਨੇ 400 'ਤੇ ਪਹੁੰਚਦੇ ਹੋ ਤੁਸੀਂ ਸਕੋਰ ਤਾਂ ਚੱਲਿਆ ਫਿਰਦਾ ਵਾ ਤੁਹਾਡਾ 530-540 ਦੇ ਉੱਪਰ ਅਤੇ ਤੁਸੀਂ ਕਿੱਦਾਂ ਉੱਥੇ ਮੈਚ ਕਰੋਗੇ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਓਬਜੈਕਟਿਵ ਇਹ ਆ ਕਿ ਪਲੀਜ਼ ਸਿਰਫ
ਇਹ ਸੋਚ ਕੇ ਨਾ ਜਾਓ ਕਿ ਮੈਂ ਕੈਨੇਡਾ ਚੱਲਿਆ ਵਾਂ, ਜਿਹੜੇ ਮਰਜ਼ੀ ਮੈਂ ਸਲਾਹ ਲੈ ਲਵਾਂ, ਮੈਂ ਬਸ ਪਹੁੰਚ ਗਿਆ, ਉਦੋਂ ਬਾਅਦ ਪੀ ਆਰ ਦਾ ਮੇਰਾ ਕੋਈ ਨਾ ਕੋਈ ਸਿਸਟਮ ਹੋ ਜਾਣਾ ਵਾ। ਜਾਂ ਤਾਂ ਇਹ ਮਨ ਬਣਾ ਕੇ ਜਾਓ ਮੈਂ 2 ਸਾਲ ਪੜ੍ਹਨਾ ਅਤੇ ਮੈਂ ਵਾਪਸ ਆ ਜਾਣਾ। ਅਗਰ ਤੁਸੀਂ ਪੀ ਆਰ ਲੈਣਾ ਚਾਹੁੰਦੇ ਹੋ, ਪੀ ਆਰ ਹੋ ਰਹੀ ਹੈ ਬਹੁਤ ਕੰਪੈਟੀਟਿਵ ਵਰਲਡ ਓਵਰ, ਆਸਟ੍ਰੇਲੀਆ 'ਚ ਵੀ ਇਹੀ ਹਾਲਾਤ ਨੇ, ਯੂ ਐੱਸ ਏ ਤਾਂ ਕਹਾਣੀ ਬਿਲਕੁਲ ਅਲੱਗ ਆ, ਉਹਦੀ ਮੈਂ ਤਰ੍ਹਾਂ ਦੀ ਵੀਡੀਓ ਬਣਾਊਂਗਾ। ਕੈਨੇਡਾ 'ਚ ਬਹੁਤ ਕੰਪੈਟੀਟਿਵ ਅੱਜ ਦੀ ਡੇਟ 'ਚ। ਅਗਰ ਤੁਸੀਂ ਸੋਚ ਸਮਝ ਕੇ ਨਹੀਂ ਜਾਓਗੇ, ਇਹ ਸੋਚ ਕੇ ਚੱਲ ਜਾਓਗੇ ਮੈਂ ਇੱਥੇ ਅੱਜ ਪਲੱਸ ਟੂ ਤੋਂ ਬਾਅਦ ਨਹੀਂ ਜਾਣਾ ਜੀ, ਮੈਂ ਬੈਚਲਰ ਕਰਕੇ ਚਲੇ ਜਾਣਾ ਵਾ ਜਾਂ ਮੈਂ ਮਾਸਟਰਸ ਕਰਕੇ ਚਲੇ ਜਾਣਾ ਵਾ, ਤਾਂ ਵੀ ਤੁਹਾਡੇ ਲਈ ਬਹੁਤ ਸਾਰੀਆਂ ਔਕੜਾਂ ਨੇ। ਸੋ ਕੋਈ ਵੀ ਐਡਵਾਈਸ ਜਿੱਦਾਂ ਦੀ ਲੈਣਾ ਚਾਹੁੰਦੇ ਹੋ, ਚਾਹੇ ਸਟੱਡੀ ਵੀਜ਼ਾ ਦੀ ਹੈ, ਪੀ ਆਰ ਦੀ ਹੈ, ਕਿਸੇ ਹੋਰ ਕੈਟਾਗਰੀ ਦੀ ਹੈ, ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਮੈਂ ਇਹਦੇ 'ਤੇ ਇੱਕ ਸੀਰੀਜ਼ ਹੋਰ ਬਣਾਊਂਗਾ, ਥੋੜ੍ਹਾ ਹੋਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਪੀ ਆਰ ਹੁੰਦੀ ਕਿੱਦਾਂ ਵਾ ਕੈਨੇਡਾ ਦੇ ਵਿੱਚ, ਔਰ ਤੁਹਾਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਖਾਸ ਖਿਆਲ ਰੱਖ ਕੇ ਜਾਣਾ ਚਾਹੀਦਾ ਵਾ।